ਔਰ ਕੋਰਟ ਨੇ ਆਨਰੇਬਲ ਕੋਰਟ ਨੇ ਡਾਇਰੈਕਸ਼ਨ ਦਿੱਤੀ ਹੈ ਕਿ ਤੁਸੀਂ ਪੇਸ਼ ਹੋਏ ਹੋ ਅਗਲੀ ਵਾਰੀ, ਕਿਉਂਕਿ ਮੈਨੂੰ ਲੱਗਦਾ 97 ਵਾਰੀ ਚੋਂ ਸ਼ਾਇਦ 4 ਵਾਰੀ ਜਾਂ 3 ਵਾਰੀ ਪੇਸ਼ ਹੋਏ। ਘਬਰਾਓ ਨਾ ਭਾਈ, ਮੈਂ ਹੱਥ ਫੜ ਕੇ ਲਿਆਊਂਗਾ। ਆਓ, ਲੋਕਤੰਤਰ ਦੀ ਜਿਹੜੀ ਬੇਸਿਕ ਪ੍ਰਕਿਰਿਆ ਹੈ ਵੋਟਾਂ ਪਾਉਣ ਦੀ, ਉਹਦੇ ਤੋਂ ਵਾਂਝੇ ਵੀ ਰੱਖਿਆ ਜਾ ਰਿਹਾ ਔਰ ਕਰੋੜਾਂ ਰੁਪਏ ਦੀ ਕਮਾਈ ਕੀਤੀ ਜਾ ਰਹੀ ਹੈ। ਸਰਪੰਚੀਆਂ ਨੂੰ, ਪੰਚੀਆਂ ਨੂੰ ਵੇਚਿਆ ਜਾ ਰਿਹਾ। ਕਈ ਬਲਾਕ ਤਾਂ ਇਹੋ ਜਿਹੇ ਨੇ ਜਿੱਥੇ ਮੇਰੇ ਕੋਲ ਖਬਰ ਆਈ ਹੈ ਕਿ ਕਾਗਜ਼ ਹੀ ਮੈਨੂੰ ਲੱਗਦਾ 10% ਆਪੋਜੀਸ਼ਨ ਨੇ ਦਾਖਲ ਕੀਤੇ, ਬਾਕੀ ਨੇ ਕੀਤੇ। ਦੇਖੋ, ਇਹ ਉਹੀ ਕੇਸ ਹੈ ਜਿਹਦੇ 'ਚ ਅਰਵਿੰਦ ਕੇਜਰੀਵਾਲ ਨੇ ਹੱਥ ਜੋੜ ਕੇ ਦਾਸ ਕੋਲੋਂ ਮਾਫ਼ੀ ਮੰਗੀ ਸੀ। ਇਹ ਉਹੀ ਕੇਸ ਹੈ ਜਿਹਦੇ 'ਚ ਆਸ਼ੀਸ਼ ਕੈਤਾਨ ਨੇ ਹੱਥ ਜੋੜ ਕੇ ਦਾਸ ਤੋਂ ਮਾਫ਼ੀ ਮੰਗੀ ਸੀ। ਔਰ ਇਹਦੇ 'ਚ ਜਿਹੜੇ ਤੀਜੇ ਅਕਿਊਜ਼ਡ ਨੇ ਉਹ ਸੰਜੇ ਸਿੰਘ, ਉਹ ਕਿਉਂਕਿ ਤੁਹਾਨੂੰ ਵੀ ਪਤਾ ਵਿੱਚ ਅੰਦਰ ਵੀ ਹੋ ਗਏ, ਪਤਾ ਨਹੀਂ ਅੱਜ ਕੱਲ੍ਹ ਅੰਦਰ ਨੇ ਕਿ ਬਾਹਰ ਨੇ, ਮਗਰ ਉਹ ਬੜੇ ਲੰਮੇ ਸਮੇਂ ਤੋਂ ਇੱਥੇ ਤਰੀਕ 'ਤੇ ਆ ਨਹੀਂ ਰਹੇ। ਮੈਂ ਅੱਜ ਵੀ ਆਨਰੇਬਲ ਜੱਜ ਸਾਹਿਬ ਨੂੰ, ਸਾਡੇ ਵਕੀਲ ਸਾਹਿਬਾਨਾਂ ਨੇ ਬੇਨਤੀ ਕੀਤੀ ਆ ਕਿ ਉਹਨਾਂ ਨੂੰ ਇੱਥੇ ਆਉਣਾ ਚਾਹੀਦਾ, ਕਿਉਂਕਿ ਕੇਸ ਉਹਨਾਂ 'ਤੇ ਡੈਫਾਮੇਸ਼ਨ ਦਾ ਮੈਂ ਕੀਤਾ। ਔਰ ਮੈਨੂੰ ਪੂਰੀ ਆਸ ਹੈ ਔਰ ਪੂਰੀ ਉਮੀਦ ਹੈ ਕਿ ਜਿਵੇਂ ਇਹਨਾਂ ਦੇ ਨਾਲ ਦੇ ਸਾਥੀ ਅਰਵਿੰਦ ਕੇਜਰੀਵਾਲ ਔਰ ਆਸ਼ੀਸ਼ ਖੇਤਾਨ ਮੇਰੇ ਕੋਲੋਂ ਮਾਫ਼ੀ ਮੰਗ ਕੇ ਆਪਦੀ ਗਲਤੀ ਨੂੰ, ਉਹਨਾਂ ਨੇ ਕਿਹਾ ਸਾਨੂੰ ਇੱਕ ਮੌਕਾ ਦਿਓ ਸੁਧਾਰਨ ਵਾਸਤੇ, ਅਤੇ ਦਾਸ ਨੇ ਉਹ ਮੌਕਾ ਦਿੱਤਾ। ਹਾਲ ਇਹਦੇ ਵੀ ਉਹੀ ਹੋਣੇ ਅਖੀਰ 'ਚ, ਸੋ ਉਹਦੀ ਤਰੀਕ ਸੀ ਅੱਜ, ਉਸ 'ਚ ਅੱਜ ਪੇਸ਼ ਹੋਏ। ਔਰ ਲਾਸਟ ਟਾਈਮ ਵੀ ਜਦ ਮੈਂ ਇੱਥੇ ਆਇਆ ਸੀ, ਮੈਂ ਤੁਹਾਨੂੰ ਸਪਸ਼ਟ ਕੀਤਾ ਸੀਗਾ ਕਿ ਕਿਵੇਂ ਮੈਨੂੰ ਆਨਰੇਬਲ ਕੋਰਟ, ਜਿਹੜੇ ਮੇਰੇ ਕੇਸ ਆਮ ਆਦਮੀ ਪਾਰਟੀ ਨਾਲ ਚੱਲਦੇ ਨੇ, ਉਹ ਜਦੋਂ ਵੀ ਉਹ ਤਰੀਕ ਹੁੰਦੀ ਹੈ ਤਾਂ ਕਿਵੇਂ ਨਾ ਕਿਵੇਂ ਤਰੀਕ ਆ, ਉਸੇ ਤਰੀਕ 'ਤੇ ਮੈਨੂੰ ਹੋਰ ਸਿੱਟ ਕੋਲੋਂ ਸਮਨ ਕਰਾ ਲਏ ਜਾਂਦੇ ਕਿ ਇਹ ਪਹੁੰਚੇ ਨਾ। ਸੋ ਅੱਜ ਇਹ ਸਾਰੇ ਮੈਟਰ 'ਚ ਅੱਜ ਪੇਸ਼ ਹੋਏ ਆ ਔਰ ਮੈਂ ਚਾਹੂੰਗਾ ਕਿ ਔਰ ਕੋਰਟ ਨੇ, ਆਨਰੇਬਲ ਕੋਰਟ ਨੇ ਡਾਇਰੈਕਸ਼ਨ ਦਿੱਤੀ ਹੈ ਕਿ ਤੁਸੀਂ ਪੇਸ਼ ਹੋਏ ਹੋ ਅਗਲੀ ਵਾਰੀ, ਕਿਉਂਕਿ ਮੈਨੂੰ ਲੱਗਦਾ 97 ਵਾਰੀ 'ਚੋਂ ਸ਼ਾਇਦ 4 ਵਾਰੀ ਜਾਂ 3 ਵਾਰੀ ਪੇਸ਼ ਹੋਏ। ਸੋ ਘਬਰਾਹਟ ਹੈ ਉਹਨਾਂ ਨੂੰ, ਕੀ ਹੈ, ਘਬਰਾਓ ਨਾ ਭਾਈ, ਮੈਂ ਹੱਥ ਫੜ ਕੇ ਲਿਆਊਂਗਾ। ਆਓ, ਸਾਹਮਣੇ ਪੇਸ਼ ਹੋ ਅਤੇ ਦੋ ਹੱਥ, ਦੋ ਗੱਲਾਂ ਸਾਹਮਣੇ ਬਹਿ ਕੇ ਕਰੀ। ਪੰਚਾਇਤੀ ਚੋਣਾਂ ਦੇਖ ਰਹੇ ਹਾਂ ਜੀ, ਕਾਫੀ ਗੁੰਡਾਗਰਦੀ ਹੋਈ ਹੈ, ਸਿਰ ਪਾਟੇ ਨੇ ਲੋਕ ਆਪਸ ਦੇ ਵਿੱਚ ਭਿੜੇ ਹਨ, ਇਹਦੇ ਲਈ ਸਿੱਧੇ ਤੌਰ ਦੇ ਉੱਤੇ ਪ੍ਰਸ਼ਾਸਨ ਦਾ ਫੇਲੀਅਰ ਮੰਨਿਆ ਜਾ ਰਿਹਾ, ਸਰਕਾਰ ਦਾ ਫੇਲੀਅਰ ਮੰਨਿਆ ਜਾ ਰਿਹਾ, ਕੀ ਕਹਿਣਾ ਚਾਹੋਗੇ ਇਸ 'ਤੇ? ਮੇਰਾ ਵੀਰ, ਇੱਕ ਮੈਂ ਅੱਜ ਬੜੀ ਸਪਸ਼ਟ ਐਂਡ ਕਲੀਅਰ ਐਲੀਗੇਸ਼ਨ ਨਾ ਸਮਝਿਓ, ਇਹ ਮੈਂ ਕਲੀਅਰਲੀ ਕਹਿ ਰਿਹਾ ਤੁਹਾਨੂੰ ਕਿ ਇਸ ਪੰਚਾਇਤੀ ਚੋਣਾਂ 'ਚ ਪੰਜਾਬ ਦੇ 13,500 ਪਿੰਡਾਂ 'ਚ ਰਹਿਣ ਵਾਲੇ ਲੋਕਾਂ ਨੂੰ ਲੋਕਤੰਤਰ ਦੀ ਜਿਹੜੀ ਬੇਸਿਕ ਪ੍ਰਕਿਰਿਆ ਹੈ ਵੋਟਾਂ ਪਾਉਣ ਦੀ, ਉਹਦੇ ਤੋਂ ਵਾਂਝੇ ਵੀ ਰੱਖਿਆ ਜਾ ਰਿਹਾ ਔਰ ਕਰੋੜਾਂ ਰੁਪਏ ਦੀ ਕਮਾਈ ਕੀਤੀ ਜਾ ਰਹੀ ਹੈ। ਸਰਪੰਚੀਆਂ ਨੂੰ, ਪੰਚੀਆਂ ਨੂੰ ਵੇਚਿਆ ਜਾ ਰਿਹਾ ਔਰ ਹਰ ਬਲਾਕ ਦੀ, ਮੈਂ ਅੱਜ ਕਹਿ ਰਿਹਾ, ਇਹ ਕਹਿੰਦੇ ਨਾ ਕੱਟਰ ਇਮਾਨਦਾਰ, ਇਹਨਾਂ ਤੋਂ ਕੱਟਰ ਬੇਈਮਾਨ ਲੋਕ ਕੋਈ ਨਹੀਂ। ਮਜੀਠਾ ਬਲਾਕ ਔਰ ਤਰਸਿੱਕਾ ਬਲਾਕ ਜੇ ਮੈਂ ਕਹਿ ਦਿਆਂ, ਬਟ ਵੀ ਜੇ ਵਿਜੀਲੈਂਸ ਦੀ ਇਨਕੁਆਇਰੀ BDO ਅਮਨਦੀਪ ਅਤੇ ਗੁਰਪ੍ਰਤਾਪ ਦੀ ਹੋ ਜੇ ਔਰ ਹਲਫੀਆ ਬਿਆਨ ਲੋਕ ਦੇਣ ਨੂੰ ਤਿਆਰ ਹੋਣਗੇ, ਜੇ ਸਰਕਾਰ ਉਹਨਾਂ ਦੀ ਉਹਨਾਂ ਨੂੰ ਡਰਾਵੇ ਧਮਕਾਵੇ ਨਾ, ਲੱਖਾਂ ਰੁਪਈਆ ਲੈ ਕੇ ਰਿਜ਼ਰਵ, ਡੀ ਰਿਜ਼ਰਵ, ਰੈਜ਼ਰਵੇਸ਼ਨ ਦੇ ਉੱਤੇ ਖੇਡ ਔਰ ਕਾਗਜ਼ ਦੀ ਪ੍ਰਕਿਰਿਆ ਨੂੰ
ਕਾਗਜ਼ ਉਡਾਉਣ ਤੱਕ ਦੇ ਇਹ ਚੱਕਰ 'ਚ ਲੱਖਾਂ ਰੁਪਏ ਦਾ ਲੈਣ ਦੇਣ ਹੋ ਰਿਹਾ। ਔਰ ਸਾਰੇ ਪੰਜਾਬ ਦੀ ਜੇ ਮੈਂ ਗੱਲ ਕਰਾਂ ਤਾਂ ਇਹ 9 ਦੀ ਵੋਟ ਹੈ। ਇਹ ਲੋਕਤੰਤਰ ਦਾ ਕੋਝਾ ਮਜ਼ਾਕ ਉਡਾਇਆ ਗਿਆ, ਇਹ ਡਿਕਟੇਟਰਸ਼ਿਪ ਹੈ ਔਰ ਪੈਸੇ ਦਾ ਜ਼ੋਰ 'ਤੇ ਇਲੈਕਸ਼ਨ ਹੋ ਰਹੀ ਹੈ ਔਰ ਪੈਸਾ ਹੀ ਚੱਲਿਆ ਔਰ ਰੱਜ ਕੇ ਇਹਦੇ 'ਚ ਲੁੱਟ ਕੋ ਸੁੱਟ ਲੋਕਾਂ ਦੀ ਕੀਤੀ ਗਈ ਔਰ ਜੋ ਮਾਰ ਕਟਾਈ ਹੋਈ ਆ। ਕਈ ਬਲੋਕ ਤਾਂ ਇਹੋ ਜਿਹੇ ਨੇ ਜਿੱਥੇ ਮੇਰੇ ਕੋਲ ਖਬਰ ਆਈ ਆ ਕਿ ਕਾਗਜ਼ ਹੀ ਮੈਨੂੰ ਲੱਗਦਾ 10% ਆਪੋਜੀਸ਼ਨ ਨੇ ਦਾਖਲ ਕੀਤੇ, ਬਾਕੀ ਨੇ ਕੀਤੇ ਨਹੀਂ। ਫਿਰ 2 ਸਾਲ ਦੀ ਦੇਰੀ ਕਿਉਂ ਪੰਚਾਇਤ ਦੀ ਇਲੈਕਸ਼ਨ? ਜੇ ਇਸ ਤਰ੍ਹਾਂ ਧੱਕੇਸ਼ਾਹੀ ਕਰਨੀ ਸੀ, ਗੈਂਗਸਟਰ ਜੱਗੂ ਭਗਵਾਨਪੁਰੀਆ, ਲਾਰੈਂਸ ਬਿਸ਼ਨੋਈ, ਆ ਲੰਡਾ, ਰਿੰਦਾ, ਹੈਪੀ, ਇਸ ਜਿੰਨੇ ਗੈਂਗਸਟਰ ਨੇ ਇਹ ਫੋਨ ਕਰ ਕਰਕੇ ਇਹਨਾਂ ਨੇ ਪਿੰਡ ਵਾਲਿਆਂ ਨੂੰ ਡਰਾਇਆ ਅਤੇ ਧਮਕਾਇਆ ਅਤੇ ਕੈਂਡੀਡੇਟਾਂ ਨੂੰ ਬਿਠਾਉਣ ਦੀ ਕੀਤੀ ਔਰ ਲੱਖਾਂ ਰੁਪਈਆ ਉਹਦੇ 'ਚ ਫੇਰ ਚੱਲਿਆ। ਇਹ ਹਾਲਾਤ ਨੇ। ਨਹੀਂ, ਸੁੱਖੀ ਨੂੰ ਖਤਰਾ ਕਿ ਨਹੀਂ? ਵੈਸੇ ਉਹ ਮੈਂ ਵੇਖ ਰਿਹਾ ਸੀ, ਕੱਲ੍ਹ ਉਹਦੀ ਗੱਲ ਕਰਨ ਡਿਆ ਸੀਗਾ, ਖਤਰਾ ਤਾਂ ਭਾਉ ਤੈਨੂੰ ਵੀ ਆ ਉਹਦੇ ਤੋਂ। ਵੈਸੇ ਗੱਲ ਕਰਦੇ ਸੁੱਖੀ ਨੂੰ ਕੁਛ ਹੋ ਨਾ ਜਾਵੇ, ਕਿਉਂਕਿ ਇਹਦੇ ਨਾਲ ਮੈਂ ਹਿਸਾਬ ਕਰਨਾ। ਮੈਂ ਇੱਕ ਗੱਲ ਜ਼ਰੂਰ ਕਰੂੰਗਾ ਕਿ ਸੁੱਖੀ ਰੰਧਾਵਾ ਤਾਂ ਕੱਲ੍ਹ ਪਰਸੋਂ ਮੈਂ ਵੇਖਣ ਡਿਆ ਸੀਗਾ ਕਿ ਜੱਗੂ ਭਗਵਾਨਪੁਰਿਆ ਦੀ ਮਾਤਾ ਦੇ ਨਾਂ 'ਤੇ ਰੌਲਾ ਪਾਉਂਦਾ ਸੀ, ਅਤੇ ਮੈਂ ਤਾਂ ਉਹ ਫੋਟੋ ਵਿਧਾਨ ਸਭਾ 'ਚ ਜਨਤਕ ਕੀਤੀ ਹੈ ਜਦੋਂ ਉਹਦੇ ਗੱਲ 'ਚ ਸਰੋਪਾ ਪਾਉਂਦਾ ਸੀ। ਹੁਣ ਅਸਲ 'ਚ ਜੱਗੂ ਭਗਵਾਨਪੁਰੀਆ ਦਾ ਟੱਬਰ ਬੜਾ ਸਿਆਣਾ, ਪਿਛਲੇ 5 ਸਾਲ ਉਹ ਸੁੱਖੀ ਨਾਲ ਰਹੇ ਆ, ਹੁਣ ਉਹ ਆਮ ਆਦਮੀ ਪਾਰਟੀ ਨਾਲ ਚਲੇ ਗਏ, ਮਗਰ ਗੈਂਗਸਟਰਾਂ ਦਾ ਬੋਲਬਾਲਾ ਇਸ ਇਲੈਕਸ਼ਨ 'ਚ ਵੇਖਣ ਨੂੰ ਮਿਲ ਰਿਹਾ ਔਰ ਪਿੰਡਾਂ 'ਚ ਫੋਨ, ਜੇਲ੍ਹਾਂ 'ਚ ਫੋਨ ਜਾ ਰਹੇ। ਤੁਸੀਂ ਇਹ ਵੇਖੋ ਜਿੱਥੇ ਕੋਈ ਫੋਨ ਅਲਾਊਡ ਨਹੀਂ, ਫੋਨ ਜਾ ਕੇ ਸਰਪੰਚਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ। ਇਹਦੇ ਇੱਥੋਂ ਤੱਕ ਕਿ ਅਸੀਂ ਵੀ ਐਪਲੀਕੇਸ਼ਨਾਂ ਕਈ ਜਗ੍ਹਾ ਦਿੱਤੀਆਂ ਹੋਈਆਂ ਨੇ ਇਸ ਮਸਲੇ 'ਚ, ਮਗਰ ਡਰਦੇ ਕਈ ਦੇਣਾ ਵੀ ਨਹੀਂ ਚਾਹੁੰਦੇ, ਕਹਿੰਦੇ ਤੁਹਾਨੂੰ ਦਿਨ ਨਹੀਂ ਚਾਰ ਟੱਪਣ ਦੇਵਾਂਗੇ। ਜੇਠੀ ਸਾਹਿਬ, ਇੱਕ ਆਖਰੀ ਸਵਾਲ ਹੈ, ਭਗਵੰਤ ਸਿੰਘ ਮਾਨ ਹੋਰਾਂ ਦੀ ਅਸੀਂ ਗੱਲ ਕਰ ਲਈਏ, CM ਪੰਜਾਬ ਦੀ, ਉਹਨਾਂ ਦੇ ਜਿਹੜੇ ਕਮਿਊਨੀਕੇਸ਼ਨ ਡਾਇਰੈਕਟਰ ਸੀਗੇ ਨਵਨੀਤ ਵਧਵਾ ਨੂੰ ਲਾ ਦਿੱਤਾ ਗਿਆ, ਉਸ ਤੋਂ ਬਾਅਦ ਬਲਦੇਵ ਪੰਨੂ ਹੋਰਾਂ ਨੂੰ ਲਾ ਦਿੱਤਾ ਗਿਆ, OSD ਜਿਹੜੇ ਨੇ ਉਹਨਾਂ ਦੇ ਲੋਨ ਦੀ ਕਗਾਰ 'ਤੇ ਨੇ, ਕੀ ਕਹਿਣਾ ਚਾਹੋਗੇ ਕਿ ਇਹ ਕੀ ਹੋ ਰਿਹਾ ਕਿ ਜਿਹੜੇ ਨਾਲ ਦੇ ਨੇ ਉਹਨਾਂ ਨੂੰ ਲਾਂਭੇ ਕੀਤਾ ਜਾ ਰਿਹਾ? ਹਾਲੇ ਤਾਂ ਯਾਰ ਉਹਦੇ ਉਹੀ ਲੱਥ ਰਹੇ ਆ, ਆਪਣਾ ਉਹਦੇ ਐਡਵਾਈਜ਼ਰ ਜੇ ਆ ਛੱਡ ਪਰਾਏ ਆ, ਐਡਵਾਈਜ਼ਰ ਜੇ ਲੱਥਣ ਦੇ ਆ। ਪੰਨੂ ਹਲੇ ਲਾਇਆ ਕਿ ਨਹੀਂ ਲਾਇਆ ਇਹ ਹਲੇ ਦੇਖਣ ਦੀ ਗੱਲ ਆ, ਲਾ ਦੇਣਾ ਉਹਨੂੰ। ਔਰ ਮੈਂ ਤੁਹਾਨੂੰ ਅੱਜ ਕਹਿ ਰਿਹਾ, ਰਾਜਵੀਰ ਨੇ ਦੇਸ਼ ਛੱਡ ਕੇ ਭੱਜ ਜਾਣਾ ਉਹਦੇ OSD ਨੇ, ਉਹਨੇ ਕਰੋੜਾਂ ਦਾ ਹਵਾਲਾ, ਉਹਦਾ ਸਾਰਾ ਜਿਹੜਾ ਪਰਿਵਾਰ ਹੈ ਉਹ ਕੈਨੇਡੀਅਨ ਸਿਟੀਜ਼ਨ ਹੈ, ਕਰੋੜਾਂ ਦਾ ਹਵਾਲਾ ਕੈਨੇਡਾ ਨੂੰ ਔਰ ਆਸਟ੍ਰੇਲੀਆ ਪੈਸੇ ਭੇਜੇ ਗਏ। ਇਸ ਲਈ ਮੈਂ ਸੈਂਟਰ ਗਵਰਨਮੈਂਟ ਨੂੰ ਅਪੀਲ ਕਰਦਾ ਕਿ ਇਹਨਾਂ ਦਾ LOC ਕੱਢ ਦਿਓ, ਇਹ ਕਈ ਭੱਜਣੇ ਆ, ਪੰਨੂ ਵੀ ਆਪ NRI ਆ, ਇਹ ਕਈ ਇੱਥੇ ਲੱਭਣੇ ਨਹੀਂ ਜਿਹੜੇ ਚੀਫ ਮਿਨਿਸਟਰ ਦੇ ਦਫ਼ਤਰ 'ਚ ਬੈਠੇ ਆ। ਹੁਣ ਵੇਖਣ ਦੀ ਗੱਲ ਤਾਂ ਇਹ ਹੈ ਕਿ ਚੀਫ ਮਿਨਿਸਟਰ ਸਾਹਿਬ ਦੇ ਐਡਵਾਈਜ਼ਰ ਪਹਿਲਾਂ ਜਾਣਗੇ ਕਿ ਉਹਨਾਂ ਦਾ ਲਿਵਰ ਦਾ ਟ੍ਰਾਂਸਪਲਾਂਟ ਪਹਿਲਾਂ ਹੋਊਗਾ, ਗੱਲ ਤਾਂ ਇੰਨੀ ਵੇਖਣ ਵਾਲੀ ਹੈ। ਥੈਂਕ ਯੂ ਥੈਂਕ ਯੂ।